ਤੀਸਰਾ ਕਾਂਡ ਗੱਦੀ ਦਾ ਵਾਰਸ। ਗੁਰੂ ਅਰਜਨ ਦੇਵ ਜੀ ਦੀ ਦੂਸਰੀ ਸ਼ਾਦੀ ਹੋਇਆ ਵੀ 4-5 ਸਾਲ ਬੀਤ ਚੱਲੇ ਸਨ, ਪਰ ਅਜੇ ਤੱਕ ਉਹਨਾਂ ਦੇ ਘਰ ਸੰਤਾਨ ਨਹੀਂ ਸੀ ਹੋਈ। ਇਸ ਤੋਂ ਪ੍ਰਿਥੀ ਚੰਦ ਕੁਝ ਹੋਰ ਆਸਾਂ ਲਾ ਬੈਠੇ ਸਨ। ਇੱਕ ਦਿਨ ਘਰ ਵਿੱਚ ਗੱਲਾਂ ਕਰਦਿਆਂ ਪ੍ਰਿਥੀ ਚੰਦ ਨੇ ਆਪਣੀ ਪਤਨੀ ਕਰਮੋ ਨੂੰ ਕਿਹਾ, ਭਲੀਏ ਲੋਕੇ, ਤੈਨੂੰ ਵਧੇਰੇ ਚਿੰਤਾ ਕਰਨ ਦੀ ਲੋੜ ਨਹੀਂ। ਮੈਂ ਗੁਰੂ ਨਹੀਂ ਬਣ ਸਕਿਆ ਤਾਂ ਆਪਣਾ ਪੁੱਤਰ ਮਿਹਰਬਾਨ ਅਵਸ਼ ਗੁਰੂ ਬਣੇਗਾ। ਗੁਰੂ ਅਰਜਨ ਘਰ ਸੰਤਾਨ ਨਹੀਂ ਹੋਣੀ, ਸੋ ਉਹਨਾਂ ਦਾ ਸਭ ਕੁਝ ਅਸਾਂ ਹੀ ਸਾਂਭਣਾ ਹੈ ਘਰ ਦੀ ਦਾਸੀ ਰਾਹੀਂ। ਇਹ ਗੱਲਾਂ ਮਾਤਾ ਗੰਗਾ ਜੀ ਦੇ ਕੰਨਾਂ ਤੱਕ ਪੁੱਜੀਆਂ ਤਾਂ ਉਹ ਬਹੁਤ ਦੁਖੀ ਹੋਏ। ਕਿਸੇ ਵੀ ਇਸਤਰੀ ਵਾਸਤੇ ਨਿਰਸੰਤਾਨ ਹੋਣਾ ਵੱਡਾ ਅਸਹਿ ਦੁੱਖ ਹੈ। ਮਾਤਾ ਗੰਗਾ ਜੀ ਨੇ ਗੁਰੂ ਮਹਾਰਾਜ ਦੇ ਚਰਨ ਪਕੜ ਕੇ ਤਰਲਾ ਲਿਆ, ਮੇਰੇ ਸਿਰਤਾਜ, ਆਪ ਸਾਰੇ ਸੰਸਾਰ ਦੀਆਂ ਭਾਵਨਾਵਾਂ ਪੂਰਨ ਕਰਦੇ ਹੋ ਤਾਂ ਇਸ ਦਾਸੀ ਦੀਆਂ ਕਿਉਂ ਨਹੀਂ ਕਰਦੇ? ਮੈਂ ਗੁਰੂ ਨਾਨਕ ਦੇ ਘਰੋਂ ਇੱਕ ਪੁੱਤਰ ਦੀ ਦਾਤ ਮੰਗਦੀ ਹਾਂ, ਮੇਰੇ ਉੱਤੇ ਮਿਹਰ ਕਰੋ। ਗੁਰੂ ਅਰਜਨ ਦੇਵ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ, ਗੰਗਾ ਜੀ, ਅਸੀਂ ਗੁਰੂ ਨਾਨਕ ਦੇ ਖਜ਼ਾਨੇ ਦੇ ਭੰਡਾਰੀ ਹਾਂ। ਭੰਡਾਰੀ ਦਾ ਧਰਮ ਵੰਡਣਾ ਹੈ, ਉਹ ਆਪ ਹੀ ਖਾਣ ਲੱਗ ਪਵੇ ਤਾਂ ਚੰਗਾ ਭੰਡਾਰੀ ਨਹੀਂ ਮੰਨਿਆ ਜਾ ਸਕਦਾ। ਸਮਝ ਲਿਆ, ਤੁਸਾਂ ਵਰ ਲੈਣਾ ਹੈ ਤਾਂ ਮਹਾਨ ਤਪਸਵੀ ਸੰਤ ਬਾਬਾ ਬੁੱਢਾ ਜੀ ਦੀ ਸ਼ਰਨ ਜਾਓ। ਗੁਰਦੇਵ ਦੇ ਦੱਸੇ ਅਨੁਸਾਰ ਮਾਤਾ ਗੰਗਾ ਜੀ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਨੰਗੇ ਪੈਰੀਂ ਚੱਲ ਕੇ ਝਬਾਲ ਦੀ ਬੀੜ ਵਿੱਚ ਬਾਬਾ ਬੁੱਢਾ ਜੀ ਦੀ ਸੇਵਾ ਅੰਦਰ ਹਾਜ਼ਰ ਹੋਏ। ਬਾਬਾ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ, ਮਾਤਾ ਜੀ, ਆਪ ਜੀ ਦੇ ਘਰ ਇੱਕ ਮਹਾਨ ਯੋਧਾ ਪੈਦਾ ਹੋਵੇਗਾ ਜੋ ਸੰਤ ਵੀ ਹੋਵੇਗਾ ਤੇ ਸੂਰਮਾ ਵੀ ਹੋਵੇਗਾ। ਇਸ ਵਰ ਦੀ ਖਬਰ ਸੁਣ ਕੇ ਪ੍ਰਿਥੀ ਚੰਦ ਬਹੁਤ ਹੀ ਔਖਾ ਹੋ ਗਿਆ, ਉਸ ਦੀ ਈਰਖਾ ਹੱਦੋਂ ਵੱਧ ਗਈ। ਤਾਂ ਸੰਮਤ 1651 ਬਿਕਰਮੀ ਦੇ ਆਰੰਭ ਵਿੱਚ ਗੁਰੂ ਅਰਜਨ ਦੇਵ ਜੀ ਦੇ ਅੰਮ੍ਰਿਤ ਸ਼ਹਿਰ ਛੱਡ ਕੇ 4 ਮੀਲ ਦੂਰ ਪਿੰਡ ਵਡਾਲੀ ਵਿੱਚ ਜਾ ਟਿੱਕੇ। ਇਸੇ ਸਮੇਂ ਗੁਰਦੇਵ ਦੇ ਨਗਰ ਦੇ ਲੋਕਾਂ ਦੀ ਲੋੜ ਪੂਰੀ ਕਰਨ ਵਾਸਤੇ ਜੂਹ ਵਿੱਚ ਇੱਕ 6 ਹਰਟਾ ਖੂਹ ਲਵਾਇਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ 6 ਹਰਟਾ ਸਾਹਿਬ ਮੌਜੂਦ ਹੈ। ਬਾਬਾ ਬੁੱਢਾ ਜੀ ਦਾ ਵਰ ਪੂਰਾ ਹੋਇਆ। ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਘਰ ਬੁੱਧਵਾਰ ਹਾੜਵਦੀ 6/21 1652 ਬਿਕਰਮੀ 14 ਜੂਨ 1595 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ। ਸਾਰੇ ਸਿੱਖ ਜਗਤ ਵਿੱਚ ਅਥਾਹ ਖੁਸ਼ੀ ਹੋਈ। ਸਾਹਿਬਜ਼ਾਦੇ ਦੀ ਜਾਨ ਲੈਣ ਵਾਸਤੇ ਪ੍ਰਿਥੀਏ ਦੇ ਯਤਨ, ਜਿੱਥੇ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਨਾਲ ਸਾਰੇ ਸਿੱਖ ਜਗਤ ਵਿੱਚ ਖੁਸ਼ੀ ਹੋਈ ਸੀ, ਉੱਥੇ ਪ੍ਰਿਥੀ ਚੰਦ ਦੇ ਘਰ ਹਨੇਰਾ ਛਾ ਗਿਆ। ਉਸਨੇ ਮਨ ਵਿੱਚ ਧਾਰ ਲਈ ਕਿ ਉਹ ਕਿਸੇ ਵੀ ਕੀਮਤ ਉੱਤੇ ਬਾਲਕ ਦੀ ਜਾਨ ਲੈ ਕੇ ਰਹੇਗਾ। ਪਹਿਲਾਂ ਉਹਨੇ ਜਾਦੂ ਟੂਣਿਆਂ ਰਾਹੀਂ ਜ਼ੋਰ ਅਜਮਾਇਆ। ਇਸ ਪਾਸਿਓਂ ਨਿਰਾਸ਼ ਹੋ ਕੇ ਪ੍ਰਿਥੀਆ ਹੋਰ ਨੀਵੇਂ ਕੁਕਰਮ ਤੇ ਉੱਤਰ ਆਇਆ। ਦੁਨੀ ਨਾਮ ਦਾ ਬ੍ਰਾਹਮਣ ਗੁਰੂ ਘਰ ਸੋਈਆ ਸੀ। ਪ੍ਰਿਥੀਏ ਨੇ ਵੱਡੀ ਦੇ ਕੇ ਉਸਨੂੰ ਮਨਾ ਲਿਆ। ਬ੍ਰਾਹਮਣ ਨੇ ਦਹੀਂ ਵਿੱਚ ਜ਼ਹਿਰ ਮਿਲਾ ਕੇ ਸਾਹਿਬਜ਼ਾਦੇ ਨੂੰ ਦੇਣਾ ਚਾਹਿਆ। ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਨੇ ਦਹੀਂ ਖਾਣ ਤੋਂ ਇਨਕਾਰ ਕਰ ਦਿੱਤਾ। ਬ੍ਰਾਹਮਣ ਨੇ ਮੱਲੋ ਮੱਲੀ ਦਹੀਂ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਲਕ ਸਾਹਿਬਜ਼ਾਦੇ ਨੇ
ਰੋਣਾ ਸ਼ੁਰੂ ਕਰ ਦਿੱਤਾ। ਸੁਣ ਕੇ ਗੁਰੂ ਅਰਜਨ ਦੇਵ ਜੀ ਆਪ ਉੱਠ ਕੇ ਕੋਲ ਪਹੁੰਚੇ ਤਾਂ ਸੰਨੇ ਤਾਂ ਛੰਨੋ ਫੜੇ ਚੋਰ ਵਾਂਗ ਬ੍ਰਾਹਮਣ ਡਰ ਨਾਲ ਕੰਬਣ ਲੱਗ ਪਿਆ। ਗੁਰਦੇਵ ਸਭ ਕੁਝ ਸਮਝ ਗਏ। ਬ੍ਰਾਹਮਣ ਦਾ ਪਾਪ ਨੰਗਾ ਕਰਨ ਵਾਸਤੇ ਉਹ ਦਹੀਂ ਕੁੱਤੇ ਅੱਗੇ ਪਾਇਆ ਗਿਆ। ਦਹੀਂ ਖਾਣ ਤੋਂ ਥੋੜਾ ਚਿਰ ਪਿੱਛੋਂ ਜ਼ਹਿਰ ਦੇ ਅਸਰ ਨਾਲ ਕੁੱਤਾ ਮਰ ਗਿਆ। ਪਾਪ ਲੁਕਿਆ ਨਾ ਰਿਹਾ ਤਾਂ ਦੋਸ਼ੀ ਬ੍ਰਾਹਮਣ ਨੇ ਸਭ ਕੁਝ ਮੰਨ ਲਿਆ ਕਿ ਉਸ ਤੋਂ ਇਹ ਪਾਪ ਪ੍ਰਿਥੀਏ ਨੇ ਕਰਾਇਆ ਸੀ। ਬ੍ਰਾਹਮਣ ਦੇ ਮਨ ਤੇ ਇਸ ਪਾਪ ਦਾ ਇੰਨਾ ਭਾਰ ਪਿਆ ਕਿ ਕੁਝ ਦਿਨਾਂ ਅੰਦਰ ਹੀ ਉਹ ਪੇਟ ਦੇ ਸੂਲ ਨਾਲ ਮਰ ਗਿਆ। ਪਰ ਪ੍ਰਿਥੀ ਚੰਦ ਅਜੇ ਵੀ ਕਾਲੀ ਕਰਤੂਤ ਤੋਂ ਨਾ ਟਲਿਆ। ਉਹਨੇ ਪੈਸੇ ਦੇ ਕੇ ਇੱਕ ਸਪੇਰੇ ਕੋਲੋਂ ਉਸ ਕਮਰੇ ਵਿੱਚ ਜ਼ਹਿਰੀ ਨਾਗ ਛੁਡਵਾ ਦਿੱਤਾ, ਜਿਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਇਕੱਠੇ ਇਕੱਲੇ ਬੈਠੇ ਖੇਡ ਰਹੇ ਸਨ। ਸੇਵਕਾਂ ਨੇ ਵੇਖਿਆ ਕਿ ਡੰਗ ਮਾਰਨ ਦੀ ਥਾਂ ਸੱਪ ਬਾਲਕ ਨਾਲ ਖੇਡ ਰਿਹਾ ਸੀ। ਸੇਵਾਦਾਰਾਂ ਨੇ ਉਸ ਵੇਲੇ ਸੱਪ ਨੂੰ ਮਾਰ ਦਿੱਤਾ। ਆਖਰੀ ਵਾਰ ਪ੍ਰਿਥੀਏ ਨੇ ਸੋਭੀ ਨਾਮ ਦੀ ਦਾਈ ਕੋਲੋਂ ਕਰਵਾਇਆ। ਵੱਡੀ ਵਜੋਂ ਉਸ ਨੂੰ 500 ਰੁਪਏ ਦੇਣੇ ਮੰਨੇ। ਉਹ ਆਪਣੇ ਥਣਾਂ ਨੂੰ ਜ਼ਹਿਰ ਲਾ ਕੇ ਵਡਾਲੀ ਜਾ ਪਹੁੰਚੀ। ਖੇਡ ਰਹੇ ਬਾਲਕ ਸਾਹਿਬਜ਼ਾਦੇ ਨੂੰ ਗੋਦੀ ਵਿੱਚ ਉਠਾ ਕੇ ਉਹ ਆਪਣਾ ਮੰਮਾ ਮੱਲੋ ਮੱਲੀ ਉਹਨਾਂ ਦੇ ਮੂੰਹ ਵਿੱਚ ਦੇਣ ਲੱਗੀ ਤਾਂ ਉਹ ਅੱਗੋਂ ਵਿਰੋਧ ਪ੍ਰਗਟ ਕਰਨ ਵਾਸਤੇ ਰੋਣ ਲੱਗ ਪਏ। ਸੇਵਕਾਂ ਨੇ ਉਸ ਓਪਰੀ ਇਸਤਰੀ ਨੂੰ ਫੜ ਕੇ ਮਹਾਰਾਜ ਦੇ ਸਾਹਮਣੇ ਲੈ ਆਂਦਾ। ਦਾਈ ਆਪਣੇ ਪਾਪ ਦੇ ਡਰ ਤੋਂ ਕੰਬਣ ਲੱਗ ਪਈ। ਉਹਨੇ ਗੁਰੂ ਮਹਾਰਾਜ ਦੇ ਸਾਹਮਣੇ ਸਾਰੀ ਕਹਾਣੀ ਸਾਫ਼ ਦੱਸ ਦਿੱਤੀ। ਧੀਰਜ ਦੇ ਪੁੰਜ ਗੁਰੂ ਮਹਾਰਾਜ ਨੇ ਉਸ ਨੂੰ ਚੰਗਾ ਮੰਦਾ ਕੁਝ ਨਾ ਕਿਹਾ, ਪਰ ਉਹ ਜ਼ਹਿਰ ਇੰਨਾ ਤੇਜ਼ ਸੀ ਜਿਸ ਦੇ ਅਸਰ ਨਾਲ ਉਹ ਕੁਝ ਘੜੀਆਂ ਵਿੱਚ ਬੇਹੋਸ਼ ਹੋ ਕੇ ਮਰ ਗਈ। ਪ੍ਰਿਥੀਆ ਅੰਮ੍ਰਿਤਸਰ ਛੱਡ ਗਿਆ। ਇਹਨਾਂ ਭੈੜੀਆਂ ਕਰਤੂਤਾਂ ਦੇ ਕਾਰਨ ਪ੍ਰਿਥੀ ਚੰਦ ਦੀ ਲੋਕਾਂ ਵਿੱਚ ਇੰਨੀ ਬਦਨਾਮੀ ਹੋਈ ਕਿ ਉਹਦੇ ਵਾਸਤੇ ਅੰਮ੍ਰਿਤਸਰ ਵਿੱਚ ਰਹਿਣਾ ਔਖਾ ਹੋ ਗਿਆ। ਲੋਕ ਉਸਦੇ ਮੂੰਹ ਤੇ ਕਹਿਣ ਲੱਗ ਪਏ, ਪ੍ਰਿਥੀਆ ਮੀਣਾ ਹੈ। ਪਹਿਲਾਂ ਇਸਨੇ ਲਾਹੌਰ ਦੇ ਹਾਕਮ ਸੁਲਹੀ ਖਾਨ ਨੂੰ ਬੁਲਾ ਕੇ ਗੁਰੂ ਜੀ ਨੂੰ ਅੰਮ੍ਰਿਤਸਰੋਂ ਕਢਾਇਆ ਸੀ ਤੇ ਹੁਣ ਬਾਲਕ ਸਾਹਿਬਜ਼ਾਦੇ ਦੀ ਜਾਨ ਲੈਣ ਵਾਸਤੇ ਇਹਨੇ ਪਾਪ ਕੀਤੇ ਹਨ। ਇਹ ਮੀਣਾ ਕੁੱਲ ਘਾਤੀ ਹੈ। ਲੋਕਾਂ ਦੇ ਇਸ ਸਲੂਕ ਤੋਂ ਤੰਗ ਆ ਕੇ ਪ੍ਰਿਥੀਆ ਅੰਮ੍ਰਿਤਸਰ ਛੱਡ ਕੇ ਆਪਣੀ ਜਾਗੀਰ ਵਿੱਚ ਪਿੰਡ ਹੇਹਰ ਜ਼ਿਲ੍ਹਾ ਲਾਹੌਰ ਚਲਾ ਗਿਆ। ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਪ੍ਰਿਥੀਆ ਸਰਕਾਰੀ ਅਫਸਰਾਂ ਤੇ ਇਲਾਕੇ ਦੇ ਮੰਨੇ ਹੋਏ ਬੰਦਿਆਂ ਨਾਲ ਆਪਣਾ ਰਸੂਖ ਬਣਾ ਰਿਹਾ ਸੀ। ਇਸੇ ਦੇ ਫਲਸਰੂਪ ਲਾਹੌਰ ਸਰਕਾਰ ਵੱਲੋਂ ਉਹਨੂੰ ਪਿੰਡ ਹੇਹਰ ਵਿੱਚ ਜਾਗੀਰ ਮਿਲੀ ਹੋਈ ਸੀ। ਹੇਹਰ ਪਿੰਡ ਵਿੱਚ ਪ੍ਰਿਥੀਏ ਦੇ ਸਹੁਰੇ ਸਨ। ਪਿੰਡ ਹੇਹਰ ਵਿੱਚ ਉਹਨੇ ਅੰਮ੍ਰਿਤਸਰ ਦੇ ਟਾਕਰੇ ਤੇ ਸਰੋਵਰ ਤੇ ਮੰਦਰ ਬਣਵਾਇਆ। ਉਸਦੇ ਮਸੰਦ ਲੋਕਾਂ ਵਿੱਚ ਪ੍ਰਚਾਰ ਕਰਦੇ ਕਿ ਅਸਲੀ ਅੰਮ੍ਰਿਤ ਦਾ ਸਰੋਵਰ ਤਾਂ ਇੱਥੇ ਪ੍ਰਗਟ ਹੋਇਆ ਹੈ, ਪਰ ਲੱਖ ਯਤਨ ਕਰਨ ਤੇ ਵੀ ਉਹ ਲੋਕਾਂ ਨੂੰ ਭੁਲੇਖਾ ਨਾ ਪਾ ਸਕੇ। ਪ੍ਰਿਥੀਏ ਨੇ ਤਰਨ ਤਾਰਨ ਦੇ ਮੁਕਾਬਲੇ ਤੇ ਉਸ ਤੋਂ 4 ਕੁ ਮੀਲ ਉੱਤਰ ਦੇ ਪਾਸੇ ਦੁੱਖ ਨਿਵਾਰਨ ਨਾਮ ਰੱਖ ਕੇ ਛੋਟਾ ਜਿਹਾ ਸਰੋਵਰ ਤੇ ਮੰਦਰ ਬਣਵਾਇਆ, ਪਰ ਉਹ ਕਿਸੇ ਥਾਂ ਵੀ ਆਪਣੇ ਮਨੋਰਥ ਵਿੱਚ ਸਫਲ ਨਾ ਹੋਇਆ। ਗੁਰੂ ਜੀ ਫਿਰ ਅੰਮ੍ਰਿਤਸਰ, ਪ੍ਰਿਥੀਆ ਅੰਮ੍ਰਿਤਸਰੋਂ ਚਲਾ ਗਿਆ।
ਤਾਂ ਉਥੋਂ ਦੀਆਂ ਸੰਗਤਾਂ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਵਡਾਲੀ ਤੋਂ ਅੰਮ੍ਰਿਤਸਰ ਲੈ ਆਈਆਂ। ਗੁਰੂ ਮਹਾਰਾਜ ਤੇ ਸਾਹਿਬਜ਼ਾਦੇ ਦੇ ਅੰਮ੍ਰਿਤਸਰ ਵਿੱਚ ਆਉਣ ਉੱਤੇ ਸੰਗਤਾਂ ਨੇ ਬੜੀ ਖੁਸ਼ੀ ਮਨਾਈ। ਸਾਹਿਬਜ਼ਾਦਾ ਬਿਮਾਰ, ਕੁਦਰਤ ਦੇ ਰੰਗ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਨੂੰ ਬੁਖਾਰ ਹੋ ਗਿਆ ਤੇ ਨਾਲ ਹੀ ਸੀਤਲਾ ਚੀਚਕ ਨਿਕਲ ਆਈ। ਛੋਟੇ ਛੋਟੇ ਲਾਲ ਦਾਣੇ ਨਿਕਲਣ ਨਾਲ ਸਾਰਾ ਸਰੀਰ ਸੁੱਜ ਗਿਆ। ਪੁਰਾਣੇ ਹਿੰਦੂ ਸੰਸਕਾਰਾਂ ਦੇ ਅਸਰ ਥੱਲੇ ਬਹੁਤ ਸਾਰੇ ਸ਼ਹਿਰੀਆਂ ਨੇ ਮਾਤਾ ਗੰਗਾ ਜੀ ਤੇ ਗੁਰੂ ਮਹਾਰਾਜ ਨੂੰ ਸੀਤਲਾ ਦੇਵੀ ਦੀ ਪੂਜਾ ਕਰਨ ਵਾਸਤੇ ਕਿਹਾ। ਅੱਗੋਂ ਗੁਰਦੇਵ ਨੇ ਉੱਤਰ ਦਿੱਤਾ, ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਨੂੰ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਚਾਹੀਦੀ। ਬਾਲਕ ਦਾ ਰਾਖਾ ਵਾਹਿਗੁਰੂ ਆਪ ਹੈ। ਸਮਾਂ ਪਾ ਕੇ ਸਾਹਿਬਜ਼ਾਦਾ ਰਾਜੀ ਹੋ ਗਿਆ ਤਾਂ ਗੁਰਦੇਵ ਨੇ ਅਕਾਲ ਪੁਰਖ ਦੇ ਧੰਨਵਾਦ ਵਜੋਂ ਕਈ ਸ਼ਬਦ ਉਚਾਰੇ। ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ 5 ਸਾਲ ਦੇ ਹੋਏ ਤਾਂ ਉਹਨਾਂ ਦੀ ਵਿੱਦਿਆ ਦਾ ਖਾਸ ਪ੍ਰਬੰਧ ਕੀਤਾ ਗਿਆ। ਦੂਰਦਰਸ਼ੀ ਗੁਰੂ ਅਰਜਨ ਦੇਵ ਜੀ ਜਾਣਦੇ ਸਨ ਕਿ ਉਹਨਾਂ ਦੇ ਉੱਤਰਾਧਿਕਾਰੀ ਨੂੰ ਕਿਹੋ ਜਿਹੇ ਸਮੇਂ ਵਿੱਚ ਪੰਥ ਦੀ ਅਗਵਾਈ ਕਰਨੀ ਪਵੇਗੀ। ਇਸ ਵਾਸਤੇ ਹਜ਼ੂਰ ਨੇ ਸਾਹਿਬਜ਼ਾਦੇ ਦੀ ਅੱਖਰੀ ਵਿੱਦਿਆ ਦੇ ਨਾਲ ਨਾਲ ਸ਼ਸਤਰ ਵਿੱਦਿਆ ਵੀ ਸ਼ੁਰੂ ਕਰਾ ਦਿੱਤੀ। ਇਹ ਸਾਰੀ ਜ਼ਿੰਮੇਵਾਰੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ ਗਈ। ਆਪ ਜਿੱਥੇ ਗੁਰਬਾਣੀ ਦੇ ਵਿਦਵਾਨ ਸਨ ਉੱਥੇ ਸ਼ਸਤਰ ਵਿੱਦਿਆ ਦੇ ਵੀ ਧਨੀ ਸਨ। ਬਾਬਾ ਜੀ ਨੇ ਸਾਹਿਬਜ਼ਾਦੇ ਨੂੰ ਗੁਰੂ ਮਹਾਰਾਜ ਦੀ ਚਾਹ ਮੁਤਾਬਕ ਹਰ ਪੱਖ ਤੋਂ ਯੋਗ ਬਣਾ ਦਿੱਤਾ।